ਸੋ ਹੈਲੋ ਫਰੈਂਡਸ ਅੱਪਾ ਅੱਜ ਨਵੀਂ ਵੀਡੀਓ ਲੈ ਕੇ ਆਏ ਆ ਜੀ ਜਿਹਦੇ ਚ ਅਪਾ ਇੰਟਰੋਡਕਸ਼ਨ ਡਿਸਕਸ ਕਰਾਂਗੇ ਸੀਪੀਸੀ ਦੀ ਤਾਂ ਸਟਾਰਟ ਕਰਦੇ ਆ ਸੀਪੀਸੀ ਜਿਹੜਾ ਉਹ ਕਦੋਂ ਆਪਣੇ ਹੋਂਦ ਵਿੱਚ ਆਇਆ ਸੀਗਾ ਕੇਮ ਇਨ ਟੂ ਫੋਰਸ ਔਨ 1st ਜਨਵਰੀ 1909 ਅਪਾ ਸੀਪੀਸੀ پڑھਦੇ ਆ ਤਾਂ ਉਹਦਾ ਸਿਵਲ ਪ੍ਰੋਸੀਜਰ ਕੋਡ ਆਫ 1908 ਆਪਾਂ ਨੂੰ ਦਿਖਾਉਂਦਾ ਹੈ ਜੀ ਪਰ ਆਪਾਂ ਨੂੰ ਫੋਰਸ ਵਿੱਚ ਕਦੋਂ ਲਿਆਤਾ ਗਿਆ ਨੂੰ 1 ਜਨਵਰੀ 1909 ਦੇ ਵਿੱਚ ਤੇ ਅਮੈਂਡਮੈਂਟ ਹੈ ਜਿਹੜੀ ਇਹਦੀ 1976 ਦੇ ਵਿੱਚ ਹੋ ਗਈ ਸੀ ਤੇ ਜਿਹੜੇ ਇਹ ਪਿਕਚਰ ਦੇ ਵਿੱਚ ਕਦੋਂ ਆਇਆ ਸੀ 1 ਫੈਬਰਰੀ 1977 ਦੇ ਵਿੱਚ ਤੇ ਸੀਪੀਸੀ ਇਹ ਜਿਹੜਾ ਉਹ ਨਾਗaland ਤੇ ਟ੍ਰਾਈਬਲ ਏਰੀਆ ਦੇ ਵਿੱਚ ਅਪਲਾਈ ਨਹੀਂ ਹੁੰਦਾ ਜੀ ਫਿਰ ਅਗੂ ਜਿਹੜੀ ਗੱਲ ਆਉਂਦੀ ਹੈ ਕਿ ਸੀਪੀਸੀ ਜਿਹੜਾ ਰੈਟਰੋਸਪੈਕਟਿਵ ਹੈ ਜੀ ਨਹੀਂ ਬਿਲਕੁਲ ਇਹ ਪ੍ਰੋਸਪੈਕਟਿਵ ਪ੍ਰੋਸੀਜਰ ਇਹਦਾ ਤੇ ਸੈਕਸ਼ਨ 151 ਜਿਹੜਾ ਇਨਹੇਰੈਂਟ ਪਾਵਰ ਦਿੰਦੀ ਹੈ ਆ ਪਾਰਲੀਮੈਂਟ ਨੇ ਕਿ ਜਿਸ ਦੇ ਵਿੱਚ ਇਕਵਿਟੀ ਜਸਟਿਸ ਤੇ ਗੁੱਡ ਕਨਸਾਇੰਸ ਦੇ ਆਧਾਰ ਤੇ ਜਦੋਂ ਅਮੈਂਡਮੈਂਟ ਕਰਨ ਦੀ ਲੋੜ ਪੈਂਦੀ ਹੈਗੀ ਵੀ ਜਿਹੜਾ ਆਪਣੇ ਕੋਲ ਨਹੀਂ ਬਣਾ ਹੋਇਆ ਹਲੇ ਤੱਕ ਇਨ ਫਿਊਚਰ ਜਿੰਦੀ ਆਪਾਂ ਨੂੰ ਲੋੜ ਪੈ ਸਕਦੀ ਹੈ ਲਾਅ ਦੀ ਤਾਂ ਅਮੈਂਡਮੈਂਟ ਆਂਦੀ ਰਹਿੰਦੀ ਹੈ ਟਾਈਮ ਟੂ ਟਾਈਮ ਜਿੰਦਾ ਲਾਅ ਨਹੀਂ ਬਣਿਆ ਉਹ ਲਾਅ ਜਿਹੜਾ ਉਹ ਤਾਂ ਹੀ ਬੰਦਾ ਹੈ ਜੀ ਜਦੋਂ ਉਹਦੀ ਲੋੜ ਕਿਸੇ ਸਹੀ ਟਾਈਮ ਤੇ ਆਂਦੀ ਹੈ ਫਿਰ ਅਗੋਂ ਆਪਾਂ ਡਿਸਕਸ ਕਰਦੇ ਆਂ ਫਰਦਰ ਕੀ ਜਿਹੜੀ ਲੀਗਲ ਮੈਕਸਿਮਮ ਆਪਾਂ ਪੜਦੇ ਆ ਉਹ ਵੀ ਜਸ ਇਬੀ ਰੇਮੀਡੀਅਮ ਇਹ ਦਾ ਮਤਲਬ ਹੈ ਜੀ ਜੋ ਹੈ ਟੋਟ ਮੈਕਸੀਮਾ ਜੋ ਆਪਾਂ ਪੜ੍ਹੀ ਹੋਊਗੀ ਟੋਟ ਲਾਫ ਟੋਟ ਦੇ ਵਿੱਚ ਦਾ ਮਤਲਬ ਹੈ ਵੇਅਰ देयर ਇਜ਼ ਅ ਰਾਈਟ देयर ਇਜ਼ ਅ ਰੈਮਡੀ ਐਗਜ਼ਾਮਪਲ ਆਪਾਂ ਲੈਨੇ ਆ ਜੀ ਜਿਵੇਂ ਕਿ ਏ ਏ ਦੇ ਰਾਈਟ ਨੂੰ ਵੌਇਲਟ ਕੀਤਾ ਹੈ ਬੀ ਨੇ ਏ ਸਮਝ ਲਓ ਜੀ ਪਲੈਂਟੀਫ ਹੈ ਤੇ ਬੀ ਡਿਫੈਂਡੈਂਟ ਹੈ ਹੁਣ ਜਿਹੜਾ ਬੀ ਨੇ ਏਦੇ ਰਾਈਟ ਨੂੰ ਵੋਇਲਟ ਕੀਤਾ ਹੈਗਾ ਤਾਂ ਸਮ ਕauz ਆਫ ਐਕਸ਼ਨ ਦਾ ਰਾਈਜ਼ ਹੋਇਆ ਹੋਊਗਾ ਕੋਈ ਰੀਜ਼ਨ ਹੋਊਗਾ ਉਹਦਾ ਠੀਕ ਹੈ ਜੀ ਉਹ ਕauz ਆਫ ਐਕਸ਼ਨ ਹੈ ਜਿਹੜਾ ਉਹ ਮੰਨ ਲਓ ਕੁਝ ਵੀ ਲਾ ਲਓ ਜਿਵੇਂ ਉਹਦੇ ਡਿਫਾਰਮੇਸ਼ਨ ਕੀਤੀ ਹੈ ਤਾਂ ਫਿਰ ਡਿਫਾਰਮੇਸ਼ਨ ਆਪਾਂ ਨੂੰ ਪਤਾ ਸੈਕਸ਼ਨ 499 ਤੇ 500 ਦੇ ਵਿੱਚ ਜਾ ਕੇ ਕਲੇਮ ਕੀਤੀ ਜਾ ਸਕਦੀ ਹੈ ਤੇ ਉਹਦੇ ਵਿੱਚ ਕੀ ਹੈ ਜੀ ਪਲੇਨਟਿਫ ਹੈ ਜਿਹੜਾ ਉਹ ਪਲੇਨਟ ਤਿਆਰ ਕਰੇਗਾ ਪਲੇਨਟ ਪ੍ਰਿਪੇਅਰ ਕਰੇਗਾ ਉਹਨੂੰ ਕੋਈ ਇੱਕ ਵੀ ਦਾ ਟਾਈਮ ਹੋਊਗਾ ਠੀਕ ਹੈ ਜੀ ਜੇ ਉਹਦੇ ਚ ਕੋਈ ਵੀ ਕੁਐਰੀ ਹੈ ਉਹਨੂੰ ਕਰੈਕਸ਼ਨ ਦੇ ਵਾਸਤੇ ਜਿਹੜੀ ਕੋਰਟ ਆ ਉਹਨੂੰ ਟਾਈਮ ਦੇ ਦੇਂਦੀ ਹੈ ਪਲੇਨਟਿਫ ਨੂੰ ਤੇ ਫਿਰ ਜਿਹੜੀ ਉਹਦੀ ਕਾਪੀ ਹੈ ਪਲੇਨਟ ਦੀ ਜਿੰਨੇ ਡਿਫੈਂਡੈਂਟਸ ਹੋਣਗੇ ਉਹਨੇ ਕਾਪੀਜ਼ ਨਾਲ ਪਲੇਨਟ ਦੇ ਲੱਗਣਗੀਆਂ ਜੀ ਫਿਰ ਉਸ ਤੋਂ ਬਾਅਦ ਜਿਹੜਾ ਪ੍ਰੋਸੀਜਰ ਹੈ ਉਹ ਸਮਨ ਹੈ ਸਮਨ ਇਸ਼ੂ ਹੋਇਆ ਤੇ ਜਾਣਗੇ ਕਿ ਕੋਰਟ ਦੇ ਦੁਆਰਾ ਉਹਦੇ ਚ ਟਾਈਮ ਪੀਰੀਅਡ ਦਿੱਤਾ ਗਿਆ ਹੈਗਾ ਕੋਰਟ ਦੁਆਰਾ ਕਿ 30 ਡੇਸ 30 ਡੇਸ ਮਿਨੀਮਮ ਹੁੰਦੇ ਨੇ ਅਪੀਅਰ ਹੋਣਾ ਹੈ ਡਿਫੈਂਡੈਂਟ ਨੇ ਜਿੰਦੇ ਵਿੱਚ ਤੇ ਫਿਰ ਜਿਹੜਾ ਡਿਫੈਂਡੈਂਟ ਹੈ ਵਿਦੀਨ 30 ਡੇਸ ਦੇ ਵਿੱਚ ਰਿਟਰਨ ਸਟੇਟਮੈਂਟ ਜਿਹੜੀ ਉਹ ਦੇਵੇਗਾ ਉਹਦੇ ਕੋਲ 30 ਟੂ 90 ਡੇਸ ਹੈ रिटर्न स्टेटमेंट ਦੇਣ ਦੇ ਬਾਏ ਉਹ ਐਡਵੋਕੇਟ ਦੇ ਥਰੂ ਜਾਂ ਫਿਰ ਆਪ ਅਪੀਅਰ ਹੋ ਕੇ ਦੇ ਸਕਦਾ ਹੈ ਜੀ रिटर्न स्टेटमेंट ਫਿਰ ਇਹਦੇ ਵਿੱਚ ਕੀ ਹੈ ਜੀ ਨੈਕਸਟ ਆ ਜਾਂਦਾ ਹੈ ਪ੍ਰੋਸੀਜਰ ਦੇ ਵਿੱਚ ਕੋਰਟ ਦੀ ਡਿਊਟੀ ਹੈ ਕਿ ਉਹ ADR ADR ਮਤਲਬ ਇੱਕ मीडिएटर ਜਿੰਨੂੰ ਵਿਚੋਲਾ ਆਪਾਂ ਕਹਿ ਸਕਦੇ ਹਾਂ ਉਹ ਵਿਚੋਲਾ ADR ਅਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਸੈਂਟਰ ਹੈ ਜੋ ਉਹ ਉਨੂੰ ਕੋਰਟ ਪੇ ਜਾਂਦੀ ਹੈ ਕਿ ਜੇ ਉਹਨਾਂ ਦੇ ਆਧਾਰ ਤੇ ਜੇ ਪਾਰਟੀਆਂ ਮੀਡੀਏਸ਼ਨ ਦੇ ਥਰੂ ਜੇ ਹੋ ਸਕਦਾ ਫੈਸਲਾ ਕੋਰਟ ਦੇ ਬਾਹਰੋਂ ਵਾਰੀ ਤਾਂ ਫਿਰ ਉੱਥੇ ਸੋਲਵ ਕਰ ਲੈਣ ਨਹੀਂ ਤਾਂ ਫਿਰ ਉਹ ਆਪਣੇ ਕੋਰਟ ਦੇ ਵਿੱਚ ਨਹੀਂ ਤਾਂ ਉਹਨਾਂ ਦਾ ਕੇਸ ਫਰਦਰ ਪ੍ਰੋਸੀਡ ਹੋਏਗਾ ਜੇ ADR ਉਹ ਫੇਲ ਹੋ ਜਾਂਦਾ ਹੈ ਉਹਨਾਂ ਦੀ ਮੀਡੀਏਸ਼ਨ ਕਰਾਉਣ ਦੇ ਵਿੱਚ ਤਾਂ ADR ਜਿਹੜਾ ਉਹ ਕੇਸ ਵਾਪਸ ਕੋਰਟ ਨੂੰ ਪੇਜ ਦਿੰਦਾ ਹੈਗਾ ਜੀ ਫਿਰ ਉਸ ਤੋਂ ਬਾਅਦ ਇਸ਼ੂਜ਼ ਦੀ ਫਰੇਮਿੰਗ ਹੁੰਦੀ ਹੈ ਕੋਰਟ ਦੁਆਰਾ ਜਿੰਦ ਬੇਸਿਸ ਤੇ ਟ੍ਰਾਇਲ ਆ ਜਿਹੜਾ ਜਿਵੇਂ ਕਿ ਪ੍ਰੋਸੀਕਿਊਸ਼ਨ ਵਿਟਨੈਸ ਹੋ ਗਏ ਪਲੈਂਟੀ ਸਾਈਡ ਦੇ ਵਿਟਨੈਸਿਸ ਵੀ ਆ ਗਏ ਫਿਰ ਡਿਫੈਂਡੈਂਟ ਸਾਈਡ ਦੇ ਵਿਟਨੈਸਿਸ ਵੀ ਆ ਗਏ ਤਾਂ ਫਿਰ ਆਫਟਰ ਉਹਦੇ ਟ੍ਰਾਇਲ ਜਿਹੜਾ ਕੰਪਲੀਟ ਹੋ ਜਾਏਗਾ ਫਿਰ ਉਹਦੇ ਆਧਾਰ ਤੇ ਜਜਮੈਂਟ ਜਿਹੜੀ ਉਹ ਜੱਜ ਦੁਆਰਾ پاس ਕੀਤੀ ਜਾਊਗੀ ਤੇ ਜਜਮੈਂਟ ਦੇ ਆਧਾਰ ਤੇ ਅਗੂ ਡਿਗਰੀ ਹੈ ਜਿਹੜੀ ਉਹ ਮੈਰਿਟ ਤੇ ਬੇਸਡ ਤੇ ਜੱਜ ਦੁਆਰਾ ਦਿੱਤੀ ਜਾਏਗੀ ਫਿਰ ਜੇ ਕੋਈ ਵੀ ਜੇ ਆਹ ਪਲੈਂਟੀਫ ਹੈ ਤੇ ਜਾਂ ਡਿਫੈਂਡੈਂਟ ਹੈ ਜੇ ਉਹ ਫਰਦਰ ਨਾ ਖੁਸ਼ ਰਿਹਾ ਹੈਗਾ ਵੀ ਜੋ ਡਿਗਰੀ پاس ਕੀਤੀ ਗਈ ਹੈ ਫਰਦਰ ਜੱਜ ਦੁਆਰਾ ਉਹਦੀ ਸੈਟੀਸਫਾਈ ਨਹੀਂ ਰਹੇਗੀ ਤਾਂ ਅਗੇ ਫਰਦਰ ਅਪੀਲ ਚ ਜਾ ਸਕਦਾ ਹੈ ਰਿਵਿਊ ਚ ਜਾ ਸਕਦਾ ਹੈ ਐਗਜ਼ੀਕਿਊਸ਼ਨ ਪਾ ਸਕਦਾ ਹੈ ਇਨ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਠੀਕ ਹੈ ਜੀ ਫਿਰ ਐਸੇ ਚੁਕੀ ਹੈ ਜੇ ਫਰਦਰ ਆਪਣੇ ਵਿਖੇ ਜਾਇਆ ਤਾਂ ਸੋ ਇਹ ਆਪਾਂ ਡਿਸਕਸ ਕੀਤੀ ਸੀ ਜੀ ਇੰਟਰੋਡਕਸ਼ਨ ਹੈ ਫਰਦਰ ਇਹਦੇ ਵਿੱਚ ਅਗੂ ਆਪਾਂ ਡਿਸਕਸ ਕਰਾਂਗੇ ਜੋ ਆਰਡਰਸ ਹੈ ਦੇ ਵਿੱਚ ਦਿੱਤੇ ਗਏ ਆਪਾਂ ਨੂੰ ਰੂਲਸ ਹੈ ਫਰਦਰ ਉਹਦੇ ਵਿੱਚ ਤੇ ਸੈਕਸ਼ਨਸ ਤਾਂ ਆਪਣੇ ਹੁੰਦੇ ਹੀ ਹੈ ਜੀ ਉਹ ਆਪਾਂ ਫਰਦਰ ਡਿਸਕਸ ਕਰਾਂਗੇ ਇਹ ਵੀਡੀਓ ਦੇ ਵਿੱਚ ਅਗੂ ਨੈਕਸਟ ਉਹਨਾਂ ਦੇ ਵੀਡੀਓਜ਼ ਨੂੰ ਸਪੋਰਟ ਕਰੋ ਜੀ ਜੇ ਕੋਈ ਵੀ ਵੀਡੀਓ ਤੁਹਾਨੂੰ ਹੈਲਪਫੁਲ ਹੁੰਦੀ ਹੈ ਪਲੀਜ਼ ਕਮੈਂਟ ਕਰੋ ਤੇ ਲਾਈਕ ਜ਼ਰੂਰ ਕਰੋ ਤੇ ਅਗੂ ਆਪਦੇ ਫਰੈਂਡਸ ਜਿਸ ਸਰਕਲ 'ਚ ਸ਼ੇਅਰ ਜ਼ਰੂਰ ਕਰੋ ਜੀ ਥੈਂਕ ਯੂ ਸੋ ਮੱਚ